ਲੰਬੀ ਉਮਰ ਦੇ ਬਜ਼ੁਰਗ ਚਰਨ ਕੌਰ ਦੀ ਮੌਤ ਹੋ ਗਈ ਹੈ। ਸੋਮਵਾਰ ਨੂੰ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਬੈਂਡ ਬਾਜੇ ਦੇ ਨਾਲ ਚਰਨ ਕੌਰ ਦੀ ਅੰਤਿਮ ਯਾਤਰਾ ਕੱਢੀ। ਅਰਥੀ ਨੂੰ ਫੁੱਲਾਂ ਅਤੇ ਗੁਬਾਰਿਆਂ ਦੇ ਨਾਲ ਸਜਾਇਆ ਗਿਆ ਸੀ, ਪਟਾਕੇ ਚਲਾਏ ਗਏ ਅਤੇ ਮਾਤਾ ਚਰਨ ਕੌਰ ਦਾ ਅੰਤਿਮ ਸੰਸਕਾਰ ਕੀਤਾ ਗਿਆ। ਅਜਿਹੇ ਲੋਕ ਖੁਸ਼ਕਿਸਮਤ ਹੁੰਦੇ ਹਨ। ਜਿਸ ਤਰ੍ਹਾਂ ਚਰਨ ਕੌਰ ਨੇ ਆਪਣੀ ਜ਼ਿੰਦਗੀ ਦੇ 103 ਸਾਲ ਬਤੀਤ ਕੀਤੇ, ਪਰਮਾਤਮਾ ਦੀ ਕਿਰਪਾ ਨਾਲ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਲੰਬੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪਿਆ। ਕਈ ਵਾਰ ਬੁਖਾਰ ਜਾਂ ਖੰਘ ਦੀ ਸ਼ਿਕਾਇਤ ਹੋ ਜਾਂਦੀ ਸੀ। ਚਰਨ ਕੌਰ ਆਖਰੀ ਪਲਾਂ ਵਿੱਚ ਵੀ ਠੀਕ ਸਨ। ਹੱਸਦੇ ਖੇਡਦੇ ਪਰਿਵਾਰ ਨਾਲ ਗੱਲਾਂ ਕਰਦੇ ਉਹ ਸਦੀਵੀ ਨੀਂਦ ਸੋ ਗਏ। ਚਰਨ ਕੌਰ ਦਾ ਪੂਰਾ ਪਰਿਵਾਰ ਹੀ ਸ਼ਾਕਾਹਾਰੀ ਹੈ। ਚਰਨ ਕੌਰ ਨੇ ਆਪਣੀ ਪੂਰੀ ਜ਼ਿੰਦਗੀ ਵਿੱਚ ਕਦੇ ਵੀ ਮਾਸ ਅਤੇ ਅੰਡੇ ਦਾ ਸੇਵਨ ਨਹੀਂ ਕੀਤਾ। ਸਾਦਾ ਜੀਵਨ ਬਤੀਤ ਕਰਦੇ ਰਹੇ, ਘਰ ਦਾ ਖਾਣਾ ਖਾਂਦੇ ਸਨ। ਸਵੇਰੇ, ਦੁਪਹਿਰ ਅਤੇ ਸ਼ਾਮ ਨੂੰ ਦਾਲ ਅਤੇ ਸਬਜ਼ੀ ਦੇ ਨਾਲ ਚਪਾਤੀ ਨੂੰ ਖੁਰਾਕ ਦੇ ਵਿੱਚ ਸ਼ਾਮਿਲ ਕੀਤਾ ਜਾਂਦਾ ਸੀ। ਉਹ ਦਿਨ ਵਿੱਚ ਇੱਕ ਵਾਰ ਫਲ ਵੀ ਖਾਂਦੇ ਸੀ, ਫਰਿੱਜ ਦਾ ਪਾਣੀ ਕਦੇ ਵੀ ਨਹੀਂ ਪੀਤਾ। ਤਾਂ ਦੱਸ ਦਈਏ ਕਿ ਖੰਨਾ ਦੇ ਪਿੰਡ ਰਸੂਲੜਾ ਦੇ ਮਾਤਾ ਚਰਨ ਕੌਰ ਰਹਿਣ ਵਾਲੇ ਸੀ। ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਗੁਰਪ੍ਰੀਤ ਸਿੰਘ ਜੀ। ਤੇ ਕਿਹਨਾਂ ਦੀ ਡੈਥ ਹੋਈ ਜੀ? ਮੇਰੇ ਗ੍ਰੈਂਡਮਦਰ ਦੀ ਡੈਥ ਹੋਈ ਜੀ। ਕਿੰਨੀ ਉਮਰ ਭੁੱਖ ਕੇ ਗਏ ਨੇ? 103 ਸਾਲ ਦੀ ਉਮਰ। ਇੰਨੀ ਲੰਬੀ ਉਮਰ ਦੇ ਆਖਰੀ ਪਲਾਂ ਦੇ ਵਿੱਚ ਕੀ ਗੱਲਬਾਤ ਹੋਈ ਸੀ ਜੀ? ਕੁਛ ਵੀ ਨਹੀਂ, ਬਿਲਕੁਲ ਐਨ ਠੀਕ ਠਾਕ ਸੀ ਜੀ। ਕਦੇ ਕੋਈ ਸੰਖੇਪ ਬਿਮਾਰੀ ਤਾਂ ਨਹੀਂ ਹੋਈ ਜੀ? ਨਹੀਂ ਜੀ, ਕੋਈ ਬਿਮਾਰੀ ਨਹੀਂ ਜੀ। ਅਤੇ ਬੜੇ ਭਾਗ ਵਾਲੇ ਪ੍ਰਾਣੀ ਹੁੰਦੇ ਜਿਹੜੇ ਇੰਨੀ ਉਮਰ ਭੋਕੇ ਨੇ, ਤੁਹਾਡੇ ਦਾਦੀ ਜੀ ਦੀ ਜਿਹੜੀ ਇੰਨੀ ਉਮਰ ਸੀਗੀ, ਅੱਜ ਤੁਸੀਂ ਇੱਕ ਤਰ੍ਹਾਂ ਦਾ ਦੁੱਖ ਤਾਂ ਹੈ ਪਰ ਖੁਸ਼ੀ ਨਾਲ ਵੀ ਵਿਦਾਇਗੀ ਦਿੱਤੀ ਹੈ, ਕੀ ਕਹੋਗੇ ਜੀ? ਬਾਜੀ ਇਹੀ ਹੈ ਜੀ, ਸਾਨੂੰ ਵਧੀਆ ਉਹਨੇ ਉਹ ਕਰਿਆ ਸਾਰਾ। ਦੇਖੋ ਇੰਨੀ ਉਮਰ ਭੋਗ ਕੇ ਗਏ ਨੇ, ਕੋਈ ਬਿਮਾਰ ਨਹੀਂ ਹੋਈ, ਕੁਛ ਕਦੇ ਨਹੀਂ। ਕਿਸ ਤਰ੍ਹਾਂ ਦਾ ਭੋਜਨ ਜਿਹੜਾ ਜੀਵਨ ਦੇ ਵਿੱਚ ਖਾਂਦੇ ਸੀਗੇ? ਸਿੰਪਲ ਭੋਜਨ ਖਾਂਦੇ ਸੀ, ਬਸ ਰੋਟੀ ਪਾਣੀ। ਕੀ ਨਾਮ ਤੁਹਾਡਾ ਜੀ? ਰਾਜਵੀਰ ਸਿੰਘ ਜੀ। ਅੱਜ ਤੁਹਾਡੇ ਪਿੰਡ ਦੇ ਵਿੱਚ 103 ਸਾਲ ਬੇਬੇ ਜੀ ਜਿਹੜੇ ਅਲਵਿਦਾ ਕਹਿ ਗਏ ਨੇ, ਕੀ ਕਹੋਗੇ ਤੁਸੀਂ ਇਹਦੇ ਬਾਰੇ? ਇਹੀ ਕਹਾਂਗੇ ਜੀ, ਜੋ ਵੀ ਸਾਦਾ ਭੋਜਨ ਖਾਂਦੇ ਸੀ, ਜੋ ਵੀ ਸਾਨੂੰ ਪਤਾ ਲੱਗਿਆ ਉਹਨਾਂ ਬਾਰੇ ਸੁਣ ਕੇ, ਅਤੇ ਤੰਦਰੁਸਤ ਸੀਗੇ, ਕੋਈ ਬੀ ਪੀ ਸ਼ੂਗਰ ਦੀ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸੀਗੀ, ਅਤੇ ਹਸਮੁੱਖ ਸੁਭਾਅ ਦੇ ਸੀਗੇ ਜੀ। ਜਿੱਥੇ ਦੁੱਖ ਵੀ ਹੁੰਦਾ ਚਲੋ ਜਾਣ ਦਾ ਬਜ਼ੁਰਗਾਂ ਦੇ, ਉਹਦੇ ਨਾਲ ਨਾਲ ਖੁਸ਼ੀ ਦੀ ਗੱਲ ਵੀ ਆ ਜੀ ਵੀ ਇੰਨੀ ਉਮਰ ਉਹਨਾਂ ਨੂੰ ਬਖਸ਼ੀ ਆ ਪਰਮਾਤਮਾ ਨੇ। ਅੱਜ ਕੱਲ੍ਹ ਦੇ ਜੀਵਨ 'ਚ ਉਮਰਾਂ ਬੜੀਆਂ ਘੱਟ ਗਈਆਂ ਦੇਖਦੇ ਹਾਂ, ਕਿ ਜਿਹੜੇ ਕਿਸੇ ਨੂੰ ਹਾਰਟ ਅਟੈਕ ਆ ਜਾਂਦਾ ਜਾਂ ਫਿਰ ਕੋਈ ਨੌਜਵਾਨ ਉਮਰ 'ਚ ਲੈਂਦਾ, ਕੋਈ ਉਹ ਭਾਗਾਂ ਵਾਲਾ ਹੁੰਦਾ ਜਿਹੜਾ 100 ਨੂੰ ਟੱਚ ਕਰਦਾ ਵਾ, ਇਹਦੇ ਬਾਰੇ ਕੀ ਕਹੋਗੇ ਜੀ? ਇਹਦੇ ਬਾਰੇ ਜੀ ਜੋ ਅੰਦਾਜ਼ਾ ਲਾਇਆ ਸੀ ਤਾਂ ਇਹਨਾਂ ਦੇ ਹਿਸਾਬ ਨਾਲ ਵੀ ਇਹੀ ਆ ਵੀ ਅੱਜ ਕੱਲ੍ਹ ਜੋ ਵੀ ਖੁਰਾਕਾਂ ਨੇ ਉਹ ਪਿਓਰ ਨਹੀਂ ਹੈਗੀਆਂ ਜੀ, ਅਤੇ ਖਾਣ ਪੀਣ ਦੇ ਵਿੱਚ ਜੋ ਮਸਾਲੇਦਾਰ ਚੀਜ਼ਾਂ ਨੇ ਜੀ ਉਹਨਾਂ ਦਾ ਸੇਵਨ ਵੱਧ ਹੋ ਰਿਹਾ ਮੇਰੇ ਹਿਸਾਬ ਨਾਲ, ਵੀ ਇਹ ਇਹਨਾਂ ਚੀਜ਼ਾਂ ਤੋਂ ਹਟ ਕੇ ਸੀਗੇ ਪਰੇ, ਅਤੇ ਸ਼ਾਇਦ ਇਹੀ ਕਾਰਨ ਜੀ ਇਹਨਾਂ ਨੂੰ ਇੰਨੀ ਉਮਰ ਪਰਮਾਤਮਾ ਨੇ ਬਖਸ਼ੀ ਜਿਹੜੀ। ਕੀ ਨਾਮ ਤੁਹਾਡਾ? ਮੇਰਾ ਨਾਮ ਅਵਤਾਰ ਸਿੰਘ ਹੈ ਜੀ। ਕਿਹੜਾ ਪਿੰਡ ਤੁਹਾਡਾ ਜੀ? ਰਸੂਲੜਾ ਜੀ। ਤੁਹਾਡੇ ਪਿੰਡ ਦੇ ਵਿੱਚ 103 ਸਾਲਾਂ ਦੀ ਬੇਬੇ ਸਰਗਵਾਸ ਹੋਏ ਨੇ, ਕੀ ਕਹੋਗੇ? ਬਹੁਤ ਹੀ ਵਧੀਆ, ਮਤਲਬ ਉਮਰ ਭੋਗ ਕੇ ਗਏ ਨੇ ਅੱਜ ਦੇ ਟਾਈਮ ਦੇ ਵਿੱਚ। ਕਿਸ ਤਰ੍ਹਾਂ ਲੱਗਦਾ ਕਿ ਜਿਵੇਂ ਅੱਜ ਤਕਨੀਕੀ ਦਾ ਯੁੱਗ ਵੀ ਆ ਅਤੇ ਉਮਰਾਂ ਵੀ ਘੱਟਦੇ ਜਾ ਰਹੀਆਂ ਇਨਸਾਨਾਂ ਦੀਆਂ, ਕੀ ਕਹੋਗੇ? ਮਤਲਬ ਅੱਜ ਕੱਲ੍ਹ ਮੈਡੀਕਲ ਨਸ਼ਾ ਜਾਂ ਕੁਛ ਹੋਰ ਪੁਰਾਣੀਆਂ ਖੁਰਾਕਾਂ ਵੇਲੇ ਮਤਲਬ ਮਾਤਾ ਨੇ ਵਧੀਆ ਖਾਧੀਆਂ ਸੀਗੀਆਂ, ਇਸ ਕਰਕੇ ਮਤਲਬ ਠੀਕ ਰਿਹਾ। ਤੁਹਾਡੇ ਪਿੰਡ ਦੇ ਵਿੱਚ ਹੋਰ ਕੋਈ ਇੰਨੀ ਉਮਰ ਦੇ ਕੋਈ ਬਜ਼ੁਰਗ? ਨਹੀਂ ਜੀ ਨਹੀਂ। ਕਿਸ ਤਰ੍ਹਾਂ ਲੱਗ ਰਿਹਾ ਜਨਤਮ ਵਧਾਈ ਕੀ ਦੇ ਰਹੇ ਹੋ ਮਾਤਾ ਜੀ? ਬਹੁਤ ਖੁਸ਼ੀ ਵੀ ਹੈ। ਹਾਂਜੀ।